राम राम भाई राम राम भाई मेरा नाम ना, मेरा नाम भाई रोहित राठी मैं बहादुरगढ़ अपना अच्छा सबसे पहले तो मैं ये कहूंगा हाँ। जो सरकार ये हरियाणा और पंजाब अलग अलग है हाँ हाँ। मैं आज इस इस चैनल के के माध्यम माध्यम से से और टेंट से उस सरकार को ये बता देना चाहता हूँ कि आ यहाँ के आके देख लो हरियाणा और पंजाब एक साथ बैठा हुआ है ये उस सरकार के मुंह पर तमाचा है कि जो पूरा हरियाणा और पंजाब का जो पूरा भाईचारा जो पूरा किसान यूनियन है जो भी संगठन है वो सारे यहाँ बैठे हुए हैं और जो लोकल लोग हैं यहाँ के उन्होंने अपने जो ये हमारी जमीन है हमारी जमीन हमने इनको दी है कि भाई अब जब तक ये आंदोलन चलेगा जब तक इस आंदोलन में यहाँ रहो हम जो लोग हैं यहाँ के जो लोग हैं ना वो अपने घरों घर भी दे रहे हैं घर खाली कर रहे हैं कि आप सड़कों पर मत रहो अन्नदाता किसान भगवान आप सड़कों पर मत रहो हमारे घर खाली कर रहे हैं और ये जमीन जमीन नहीं जो हमारे ताऊ जी है नफे सिंगराठी जी है जो खालसाइड का शेल्टर होम बना है जो खालसाइड का जो शेल्टर होम बना है वो आए थे ताऊ जी के पास कि ये ज़मीन रेंट पे दे दो तो ताउी ने उनको हाथ जोड़ कर ये कहा था कि ये जो ये हम हम तो खुद किसानों की सेवा में लगे हुए हैं हमें रेंट की ज़रूरत नहीं है उस पर उस पर पंप बनना है लेकिन जब तक ये आंदोलन चलेगा जब तक आप ये जो हमारी ज़मीन है उसको फ्री में लो हम खुद सेवा करना चाहते हैं उन्होंने उनका ये कहना था तो जो ये ये ज़मीन नहीं अगर हमारे घर को हमारे घर भी देना पड़ेगा इनको किसानों के लिए तो वो अपना घर भी देने के लिए तैयार हैं देखा किसानों के जज्बे और किस तरह से बोल रहे हैं हम तो अपना मकान भी देने पे जी, जी के तैयार है जी। 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 ना रहे आप भारतीय किसान यूनियन एकता ग्राह के प्रधान है तो फिर क्या लग रहा है छब्बीस तारीख का बताओ पहले तो क्योंकि पंद्रह के बाद दस दौर की बातचीत खत्म अगली तारीख उन्नीस जो ਮੀਟਿੰਗਾਂ ਹੋ ਰਹੀਆਂ ਨੇ ਉਹ ਚੱਲ ਜਾਂਦੇ ਨੇ ਜੋ 26 ਕਾ ਪ੍ਰੋਗਰਾਮ ਹੈ ਨਾ ਜੋ ਹਮਰੇ ਆਗੂ ਨੇ ਹਾਂਜੀ ਜੋ ਬੋਲੇਗਾ ਉਹੀ ਹਮ ਕਰੇਗਾ ਜੋ ਹਮਰਾ ਆਗੂ ਹੈ ਨਾ ਜੁਨੀਆਂਨ ਕਾ ਜੋ ਬੋਲੇਗਾ ਹਮ ਉਹੀ ਕਰੇਗਾ ਕਿਉਂਕਿ ਉਹ ਬਹੁਤ ਛਾਣੇ ਨੇ ਛੋਲ ਜੇ ਲੀਡਰ ਨੇ ਉਹ ਜੋ ਹਮ ਕੋ ਹੁਕਮ ਕਰੇਗਾ ਇੱਥੇ ਬਹਿ ਜੋ ਬਹਿ ਜਗਾ ਉਹ ਬੋਲੇਗਾ ਉੱਠ ਖੜੋ ਉੱਠ ਖੜੇਗਾ ਜੋ ਬੋਲੇਗਾ ਉਤੇ ਸਾਥਾਂ ਅਸੀਂ 26 ਤਰੀਕ ਤੋਂ ਇੱਥੇ ਆ 2 2.5 ਮਹੀਨੇ ਪੰਜਾਬ ਮੇਂ ਸਾਤਮੇਂ ਇਹ ਅਦੋਲਨ ਚਲਾਇਆ ਉਹ ਚਲਾਇਆ ਇੱਕ ਕਾਰੇ ਕਾਨੂੰਨ ਦੇ ਵਿਰੋਧ ਮੇਂ ਸਰਕਾਰ ਨੇ ਸੋਚਿਆ ਜੋ ਪਹਿਲੇ ਸਰਕਾਰ ਕਰਤੀ ਰਹੀ ਹੈ ਕਿਉਂਕਿ ਇਹ ਅਦੋਲਨ ਉੱਠਦਾ ਸੀ ਉਹ ਆਪਣੇ ਢੰਗ ਤਰੀਕਾ ਨਾਲ ਉਸਕੋ ਦਬਾ ਦਿੱਤੀ ਅਬ ਇਹ ਕਿਸਾਨ ਮਜ਼ਦੂਰ ਜੋ ਲੋਕ ਨੇ ਉਸ ਸ਼ਾਰੇ ਹੋ ਗਏ ਉਹਨਾਂ ਦੇ ਦਿਮਾਗ ਖੁੱਲ ਗਏ ਵੀ ਸਰਕਾਰਾਂ ਧੋਖਾ ਕਰ ਜਾਂਦੇ ਲੋਟਦੀਆਂ ਤੇ ਕੁੱਟਦੀਆਂ ਨੇ ਬੇਈਮਾਨ ਨੇ ਅੜਾਨੀ ਬਾਨੀ ਜਾਇ ਸਰਕਾਰਾਂ ਨੇ ਸਾਡੀਆਂ ਨਹੀਂ ਹੈਗੀਆਂ ਇਹ ਕਹਿਨੂ ਸਾਡੀਆਂ ਸਰਕਾਰਾਂ ਨੇ ਪਰ ਇਹ ਸਾਡੇ ਦੁਸ਼ਮਣ ਨੇ ਅਸੀਂ ਸਮਝ ਗਏ ਦੁਸ਼ਮਣ ਤੇ ਮਿੱਤਰ ਦੀ ਅਸੀਂ ਪਰਖ ਕਰ ਲਈ ਅਸੀਂ ਸਮਝ ਲਿਆ ਵੀ ਉਹ ਸਾਡੇ ਦੁਸ਼ਮਣ ਆ ਹਰਿਆਣੇ ਕੇ ਭਾਈ ਰਾਹਤਾਨ ਕੇ ਜੂਪੀ ਕੇ ਇਹ ਸਾਡੇ ਮਿੱਤਰ ਨੇ ਅਸੀਂ ਮਿੱਤਰ ਇਕੱਠੇ ਹੋ ਕੇ ਉਹ ਦੁਸ਼ਮਣਾਂ ਦਾ ਟੱਕਰਾ ਕਰਨਾਂ ਸਾਥ ਮੇਂ ਰਹਿ ਕੇ ਦੇ ਸਾਡੇ ਆਗੂ ਕਹਿਣਗੇ ਸਾਥ ਮੇਂ ਹੀ ਰਹੂ ਸਾਥ ਮੇਂ ਹੀ ਰਹਾਂਗੇ ਉਹ ਕਹਿਣਗੇ ਨਹੀਂ ਸਾਥ ਮੇਂ ਰਹਿ ਕੇ ਨਹੀਂ ਚੱਲੇਗਾ ਸੇ ਮਹੀਨੇ ਅਸੀਂ ਸਾਥ ਮੇਂ ਹੀ ਰਹੇਗਾ ਆਪਣੇ ਆਗੂ ਜੋ ਬੋਲਣਗੇ ਹਮੋਂ ਕਰਾਂਗੇ ਹਾਂ ਧਨਵਾਰ ਹਰਿਆਣੇ ਕੇ ਵਹਿਆਂ ਦਾ ਕਰਦਿਆਂ ਵੀ ਕਿੱਦਾਂ ਦੇ ਅਸੀਂ ਆਇਆ ਇਤਨੀ ਜਾਦੇ ਸੇਵਾ ਹਮਕੋ ਕਰ ਰਹੇ ਨੇ ਅਸੀਂ ਆਪਣੀ ਜਵਾਨ ਸੇ ਆਪਣੀ ਜੀਵ ਸੇ ਇਨਾਂ ਦਾ ਮਤਲਬ ਉਤਨੀ ਹਵਰੀ ਮੂੰਹ ਛੋਟਾ ਹੈ ਇਹਨਾਂ ਨੇ ਜੋ ਹਾਵਰੀ ਸੇਵਾ ਕਰੀ ਹੈ ਉਹ ਜਾਦੇ ਵੱਡੀ ਹੈ ਅਸੀਂ ਉਹਨੂੰ ਬਿਆਨ ਨਹੀਂ ਕਰ ਸਕਦੇ ਇਸ ਲਈ ਵੀ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਵੀ ਸਮਝੇ ਨੇ ਕਿਉਂ ਸਮਝੇ ਨੇ ਇਹਨਾਂ ਨੂੰ ਪਤਾ ਵੀ ਅਸੀਂ ਪੰਜਾਬ ਛੱਡ ਕੇ ਆਇਆ ਬਾਲ ਬੱਚਾ ਛੱਡ ਕੇ ਆਇਆ ਸਾਡੀਆਂ ਘਰ ਵਾਲੀਆਂ ਉੱਥੇ ਬੈਠੀਆਂ ਨੇ ਸਾਡੇ ਪੁੱਤ ਪੋਤੇ ਉੱਥੇ ਬੈਠੇ ਨੇ ਅਸੀਂ ਇੱਥੇ ਤਾਂ ਆਇਆ ਜੇ ਸਾਡੀਆਂ ਜ਼ਮੀਨਾਂ ਨਾ ਰਹੀਆਂ ਫਿਰ ਅਸੀਂ ਕੀ ਕਰਾਂਗੇ ਹੁਣ ਖਾਈ ਕੱਟ ਲਾਂਗੇ 6 ਮਹੀਨੇ ਸਾਲ ਸਾਡੇ ਪੁੱਤ ਪੋਤੇ ਆਉਣ ਵਾਲੀਆਂ ਪੀੜੀਆਂ ਉਹ ਕਹਿਣਗੀਆਂ ਵੀ ਠੀਕ ਹੈ ਕਿਸੇ ਨੇ ਸਾਡੀ ਜ਼ਮੀਨ ਬਚਾਈ ਅੱਜ ਅਸੀਂ ਘਰੇ ਬਹਿ ਗਏ ਸਾਡੀਆਂ ਜ਼ਮੀਨਾਂ ਚਲੀਆਂ ਗਈਆਂ ਆਉਣ ਵਾਲੀ ਪੀੜ੍ਹੀ ਸਾਡੇ ਕੋ ਮਿਹਨੇ ਮਾਰੇਗੀ ਤਾਨੇ ਮਾਰੇਗੀ ਉਦੋਂ ਕੋਈ ਬੰਦਾ ਨਹੀਂ ਹੈਗਾ ଥି ਇਹ ਜ਼ਮੀਨਾਂ ਨਹੀਂ ਬਚਾ ਸਕੇ ਅਸੀਂ ਕਿੱਥੇ ਮੂਲ ਖੋਵਾਂਗੇ ਸਾਡਾ ਇਤਿਹਾਸ ਸਾਨੂੰ ਨਹੀਂ ਮaaf ਕਰੂ ਉਹਦੇ ਕਰਕੇ ਸਾਨੂੰ ਕਿੰਨੀ ਵੀ ਖਾਈ ਠੰਡ ਦੇ ਵਿੱਚ ਸਾਡੇ 72 75 ਕਿਸਾਨ ਠੰਡ ਕਰਕੇ ਆਪਣੀ ਬਿਮਾਰੀ ਕਰਕੇ ਸ਼ਹੀਦ ਹੋ ਗਏ ਕੋਈ ਬਾਤ ਨਹੀਂ ਹਮਰਾ 100 200 ਹੋਰ ਸ਼ਹੀਦ ਹੁੰਦਾ ਹੈ ਬਿਮਾਰੀ ਸੇ ਠੰਡ ਸੇ ਹੁੰਦਾ ਹੈ ਉਹ ਵੀ ਹਮ ਜਰਨ ਨੂੰ ਤਿਆਰ ਹੈ ਇਹ ਜੋ ਮੋਦੀ ਸਰਕਾਰ ਹੈ ਸੈਂਟਰ ਸਰਕਾਰ ਹੈ ਜੇ ਉਸਨੇ 2 4000 ਆਪਨੇ ਗੋਲੀ ਸੇ ਹਮ ਕੋ ਸ਼ਹੀਦ ਕਰਨਾ ਹੈ ਹਮ ਉਸ ਲਈ ਵੀ ਤਿਆਰ ਹੈ ਕਿਉਂ ਕਿਉਂ ਤਿਆਰ ਹੈ ਹਮ ਆਪਣੀ ਜ਼ਮੀਨ ਬਚਾਉਣੀ ਹੈ ਜਮੀਨ ਬਚਾਉਣ ਵਾਸਤੇ ਸਾਡੇ ਗੁਰੂ ਗੋਬਿੰਦ ਸਿੰਘ ਸਾਡੇ ਗੁਰੂਆਂ ਨੇ ਆਪਦੇ ਬੱਚੇ ਸ਼ਹੀਦ ਕਰਾਏ ਲੋਕਾਂ ਵਾਸਤੇ ਠੀਕ ਹੈ ਉਹਨਾਂ ਨੇ ਲੋਕਾਂ ਵਾਸਤੇ ਆਪਦੇ ਬੱਚੇ ਸ਼ਹੀਦ ਕਰਾਏ ਕੁਰਬਾਨੀਆਂ ਦਿੱਤੀਆਂ ਸਾਡੇ ਗੁਰਤੇਗ ਬਹਾਦਰ ਨੇ ਲੋਕਾਂ ਵਾਸਤੇ ਕੁਰਬਾਨੀ ਦਿੱਤੀ ਜੇ ਅਸੀਂ ਆਪਦੀ ਜ਼ਮੀਨ ਵਾਸਤੇ ਕੁਰਬਾਨੀ ਨਹੀਂ ਦੇ ਸਕਦੇ ਫਿਰ ਸਾਨੂੰ ਲਾਂਤ ਹੈ ਅਸੀਂ ਤਿਆਰ ਹੋ ਕੇ ਆਇਆ 6 ਮਹੀਨੇ ਸਾਲ ਜਿਤਨਾ ਤੇ ਬੈਠਣਾ ਪਵੇ ਬੈਠਾਂਗੇ ਸਾਨੂੰ ਪੰਜਾਬ ਤੋਂ ਫੋਨ ਆ ਰਹੇ ਨੇ ਜੇ 5 जो पांच वापस उम्र कितनी होगी उम्र अपनी हैगी पचवंजा साल पचपन साल हो गई हाँ, साल के हो नहीं हौसला ने दसा है ना सा गुरुआ का जो इतिहास है ना उसका सात साल तक नौ साल का एक बच्चाब तो भी बोले सोलह बोली गया कहना नहीं बोलना वो कहना बोलेगा हम उस इतिहास पढ़िया हुआ है ना ਇਸੇ ਲਈ ਪੰਜਾਬ ਤੋਂ हमको फोन आ रहे ने 22 23 ਤਰੀਕ ਨੂੰ ਇਤਨੇ ਵੱਡੇ ਸਾਡੇ ਨੌਜਵਾਨ ਆਉਣਗੇ ਟਰੈਕਟਰਾਂ ਤੇ ਉਹ ਤਿਆਰੀਆਂ ਕਰ ਰਹੇ ਨੇ ਬਹੁਤ ਜਿਆਦੇ ਤਿਆਰੀਆਂ ਕਰ ਰਹੇ ਨੇ 22 23 ਤਰੀਕ ਨੂੰ ਪੰਜਾਬ ਤੋਂ ਇਤਨਾ ਵੱਡੇ ਜਥੇ ਆਉਣਗੇ ਦਿੱਲੀ મે ਉਹ ਬਹੁਤ ਤਿਆਰੀਆਂ ਕਰ ਕੋਈ ਬੋਲੇਗਾ तो अभी कुछ और भी किसान हैं उनसे बात करते हैं और जानते उनसे ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਨਾਮ ਆਪਕਾ ਅਕਬੀਰ ਸਿੰਘ ਆ ਜੀ ਮੈਂ ਨਾਮ ਪਾਂਸੇ ਆਇਓ ਧੂੜੀ ਤੋਂ ਆਇਓ ਧੂੜੀ ਬਲਾਕ ਹੈ ਜ਼ਿਲ੍ਹਾ ਸੰਗਰੂਰ ਦਾ ਛੱਡਾ ਪੰਜਾਬ ਚੋਂ ਅੱਛਾ ਜੀ ਤੋ ਇਹ ਬਤਾਈਏ ਆਪ ਲੋਗ ਯਾਹ ਜਬ ਪੰਜਾਬ ਸੇ ਆਪ ਹਰਿਆਣਾ ਮੇ ਨਾ ਹੈ ਪੰਜਾਬ ਸੇ ਹਰਿਆਣਾ ਮੈਂ ਐਂਟਰੀ ਕੀ ਤੋ ਹਰਿਆਣਾ ਕੇ ਲੋਗੋ ਨੇ ਆਪਕਾ ਸਾਥ ਦਿਆ ਸਾਨੂੰ ਜੀ ਪਹਿਲਾਂ ਦਾ ਹਰਿਆਣਾ ਬਣਨ ਤੋਂ ਪਹਿਲਾਂ ਖੱਟਰ ਸਰਕਾਰ ਨੇ ਬਹੁਤ ਤੰਗ ਕਰਿਆ ਇਹਨੇ ਬਹੁਤ ਮਾੜੀ ਗੱਲ ਕਰੀ ਛੱਡਾ ਰਸਤਾ ਰੋਕਿਆ ਸਾਡਾ ਭਾਈ ਹੈ ਅਸੀਂ ਵੱਡਾ ਭਾਈ ਛੋਟੇ ਭਾਈ ਨੂੰ ਮਿਲਣ ਨਹੀਂ ਦੇ ਦੇ ਸੀ ਜਦੋਂ ਇਦੋਂ ਸਰਕਾਰ ਕੀ ਮਾੜੀ ਹੋ ਗਈ ਅਸੀਂ ਆਪਣੇ ਭਾਈ ਨੂੰ ਮਿਲਣੋਂ ਤੇ ਜਦੋਂ ਅਸੀਂ ਆ ਗਏ ਸਾਨੂੰ ਇਹਨਾਂ ਨੇ ਵੱਡਾ ਭਾਈ ਸਮਝਿਆ ਇਹਨਾਂ ਨੇ ਆਖਿਆ ਜੋ ਪਹਿਲਾਂ ਰੀਤ ਚੱਲੀ ਵੀ ਹੈ ਵੀੜਿਆਣਾ ਛੋਟਾ ਭਾਈ ਹੈ ਪੰਜਾਬ ਵੱਡਾ ਭਾਈ ਹੈ ਚਲੋ ਭਾਈ-ਭਾਈ ਐ ਡੱਡ ਹੁੰਦੇ ਰਹੇ ਜਿਵੇਂ ਐ ਡੱਡ ਹੋ ਗਏ ਤੇ ਪਰ ਹੁਣ ਸਾਨੂੰ ਇਤਨਾ ਸਾਥ ਦਿੱਤਾ ਇਹਨਾਂ ਨੇ ਦੁੱਧ ਲੱਸੀ ਹਮਾਰਾ ਘਰ ਨਹੀਂ ਹੌਂਜਾਉਣ ਦਿੱਤਾ 50 55 ਦਿਨਾਂ ਵਿੱਚ ਹਮਾਰੇ ਕੋਈ ਯਾਦ ਨਹੀਂ ਵੀ ਘਰ ਕਿੱਥੇ ਹੈ ਕਿਉਂ ਜੋ ਬੱਚੇ ਨੇ ਉਹਨਾਂ ਦੇ ਅਸੀਂ ਬਾਪੂ ਬਣ ਗਏ ਜੋ ਭਾਈ ਨੇ ਉਹਨਾਂ ਦੇ ਭਾਈ ਬਣ ਗਏ ਜੋ ਸਾਡੀਆਂ ਮਾਮਾ ਨੇ ਉਹ ਮਾਵਾ ਬਣ ਗੀਆਂ ਭੈਣਾ ਨੇ ਭੈਣਾ ਬਣ ਗੀਆਂ ਅਸੀਂ ਇੱਕ ਸਾਥ ਰਹਿੰਦੇ ਆ ਸਾਡਾ ਕੋਈ ਫਰਕ ਨਹੀਂ ਵੀ ਅਸੀਂ ਘਰੇ ਬੈਠਿਆ ਕ ਬਾਹਰ ਬੈਠੇ ਆ ਜਿੰਨਾ ਹਰਿਆਣੇ ਨੇ ਸਾਥ ਦਿੱਤਾ ਇਹਨਾਂ ਦਾ ਉਤਨਾ ਧੰਨਵਾਦ ਨਹੀਂ ਕਰ ਸਕਦੇ ਹਾਂ तो जैसा इन्होंने बताया कि जो हरियाणा ने हम जब पंजाब से हरियाणा में एंट्री हुए जो हरियाणा ने साथ दिया है उनका हम एहसान या उनका बड़प्पन बोल लीजिए या उन्होंने जो हमारे को साथ दिया है वो हम आखिरी दम तक नहीं बोलेंगे कभी अभी और सस्त्रिकाल जी नाम दस दो जगरूप सिंह कितो आए पिंड निहालूवाल ब्लाक महल किन्ने दिन हो गए इतना आए सामू पचवंजा दिन हो गए तो ये एक और बुजुर्ग थे इन्होंने भी बताया कि हमारे को यहाँ पचपन दिन हो गए हैं एक आखिरी सवाल पूछ के मैं अब इधर ही खत्म करूँगा ये बताइए हरियाणा सरकार के मंत्री हैं और पूरी सरकार ने ये मुद्दा बीच में एक्स वाई एल का मुद्दा लेके आए थे कि पानी नहीं दे रहा पंजाब और ये मुद्दा बार बार उठाया जोर शोर से उठाया हर एक रैली भी की इसके लिए और हालांकि वो रैली कितनी सफल हुई कितनी नहीं हुई वो तो सरकार जानती है और लोग जानते हैं तो एक्स वाई एल का मुद्दे पे आप थोड़ा सा बताओगे कि आप ये कब तक हरियाणा को पानी मिलेगा या नहीं मिलेगा इस पर थोड़ा सा बताओ ताकि जो दर्शक हमारे देख रहे हैं उनको मैसेज जाए उसको हम ये बताना चाहते हैं ये सरकारा का मुद्दा बनाया हुआ है सही मैंने में मुद्दा नहीं है सरकार बनाया है इसलिए हमारा ये कहना है ये हम लड़ाई जीत के जाएगा उस तो बाद ਇਹ ਭਾਈ ਭਾਈ ਕਾ ਤੁਹਾ ਮਸਲਾ ਹੈ ਵੈ ਕੇ ਸਲਝਾ ਲੇਗਾ ਕੋਈ ਬਾਤ ਨਹੀਂ ਠੀਕ ਹੈ ਨਾ ਜਦ ਇਸਨੇ ਹਮਰੀ ਮਦਦ ਕਰੀ ਹਮਰੀ ਕ ਮਦਦ ਕਰੇਗਾ ਠੀਕ ਹੈ ਉਹ ਆਪ ਕ ਸਾਡਾ ਮੁੱਦਾ ਸਰਕਾਰਾਂ ਕਾ ਮੁੱਦਾ ਨਹੀਂ ਸਰਕਾਰਾਂ ਨੇ ਵੋਟਾਂ ਲੈਣ ਦੇ ਮਾਰਿਆ ਨੇ ਇਹ ਮੁੱਦਾ ਬਣਾਇਆ ਹੋਇਆ ਹੈ ਠੀਕ ਹੈ ਕਿਦੋਂ ਪੰਜਾਬ ਮੇ ਵੋਟਾਂ ਹੁੰਦੀਆਂ ਨੇ ਉਹ ਵੋਟਾਂ ਇਸ ਮੁੱਦੇ ਤੇ ਲੈ ਜਾਂਦੇ ਉਹ ਬੋਲਦਾ ਹੈ ਹਮ ਹਰਿਆਣੇ ਕੋ ਪਾਣੀ ਨਹੀਂ ਦੇਗਾ ਹਮ ਕੋ ਵੋਟ ਪਾ ਦਿਓ ਚੰਡੀਗੜ੍ਹ ਹਾਂ ਪੰਜਾਬ ਲਏਗਾ ਹੌਕੋ ਬੋਟ ਪਾਜੋ ਹਮ ਬੋਟ ਪਾਜਿਆ ਸਰਕਾਰ ਬਣਾ ਲਿਆ ਉਹ ਜੈਸੇ ਸੱਪ ਹੁੰਦਾ ਹੈ ਹਮ ਨਹੀਂ ਬੋਲਦਾ ਤੂੰ ਕੀ ਬੋਲਦਾ ਹੈ ਸੱਪ ਹੁੰਦਾ ਹੈ ਨਾ ਸੱਪ ਉਹ ਸਰਪਾ ਉਹ ਹੁੰਦਾ ਹੈ ਉਹ ਪਟਿਆਰੀ ਮੇਂ ਬੰਦ ਹੁੰਦਾ ਹੈ ਬੰਦ ਰੱਖ ਲੈਨੇ ਨੇ ਕਿਦੋਂ ਵੋਟਾਂ ਆਉਂਦੀਆਂ ਨੇ ਉਹ ਉਸਕੋ ਵਰਤਨੇ ਲਈ ਉਹ ਪਟਿਆਰੀ ਖੋਲ ਕੇ ਸੱਪ ਕੋ ਬਾਹਰ ਕੱਢ ਲੈਨੇ ਵੋਟਾਂ ਪੈ ਗਈਆਂ ਗੱਦੀ ਮੇਂ ਬਹਿ ਗਏ ਉਸਕੋ ਪਟਿਆਰੀ ਮੇਂ ਬੰਦ ਕਰ ਲਿਆ ਇਹ ਸਰਕਾਰਾਂ ਕਾ ਕੰਮ ਹੈ ਕੋਈ ਇਤਨਾ ਵੱਡਾ ਮਸਲਾ ਨਹੀਂ ਉਹ ਭਾਈ ਭਾਈ ਹੈ ਹਮ ਆਪਸੀ ਮੇਲ ਮਿਲਾਵ ਕਰਕੇ ਛੁੱਲ ਜਲੇਗਾ ਕੋਈ ਬਾਤ ਨਹੀਂ ਹਮ ਕੋ ਕਿਆ ਹੈ ਹਮ ਦਾ ਠੀਕ ਹੈ ਹਮਰੇ ਪਾਣੀ ਲੱਗਤਾ ਹੈ ਕੋਈ ਬਾਤ ਨਹੀਂ ਨਹਿਰ ਬੰਦਤੀ ਹੈ ਫੇਰ ਵੀ ਹਮਨੀ ਕੋਈ ਕੋਈ ਫਰਕ ਨਹੀਂ ਪੜਤਾ ਬੰਦਤੀ ਹੈ ਫੇਰ ਵੀ ਨਹੀਂ ਫਰਕ ਨਹੀਂ ਪੜਤਾ ਇਹ ਹਮਰਾ ਕੋਈ ਜਿਆਦੇ ਵੱਡਾ ਮਸਲਾ ਨਹੀਂ ਹੈਗਾ ਇਹ ਸਰਕਾਰਾਂ ਦਾ ਮਸਲਾ ਬਣਾਇਆ ਜਿੰਦਾਬਾਦ 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 ਮਰਦਾਬਾਦ ਮੁਰਦਾਬਾਦ ਹਰਿਆਣਾ ਪੰਜਾਬ ਭਾਈਚਾਰਾ ਜਿੰਦਾਬਾਦ ਹਰਿਆਣਾ ਪੰਜਾਬ ਭਾਈਚਾਰਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ 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 ਸਰਕਾਰਾਂ ਤੋਂ ਨਾਂ ਝਾਕ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਕੱਲੇ ਕੱਲੇ ਮਾਰ ਨਾ ਖਾਓ ਇਕੱਠੇ ਹੋ ਕੇ ਅੱਗੇ ਆ ਇਹ ਸਰਕਾਰਾਂ ਕਰਜ਼ੀਆਂ